ਤੇਲੰਗਾਨਾ ਚ ਕੱਚ ਦੀ ਫੈਕਟਰੀ ਚ ਧਮਾਕਾ, 5 ਮਜ਼ਦੂਰਾਂ ਦੀ ਮੌਤ, 15 ਲੋਕ ਬੁਰੀ ਤਰ੍ਹਾਂ ਝੁਲਸੇ। ਜੰਡਿਆਲਾ ਗੁਰੂ ਚ ਬੱਸ ਵਿੱਚੋਂ ਕੱਢ ਕੇ ਟੋਲ ਵਾਲਿਆਂ ਨੇ ਢਾ ਲਿਆ, ਕੰਡਕਟਰ ਸਵਾਰੀਆਂ ਨੂੰ ਵੀ ਨਹੀਂ ਬਖਸ਼ਿਆ, ਵਿਅਕਤੀ ਦੀ ਲਾ ਦਿੱਤੀ ਦਸਤਾਰ। ਬਰਨਾਲਾ ਚ ਸਰਕਾਰੀ ਹਸਪਤਾਲ ਚ ਵਿਜੀਲੈਂਸ ਬਿਊਰੋ ਦੀ ਰੇਡ, ਲੈਬ ਦਾ ਸਾਰਾ ਰਿਕਾਰਡ ਕਬਜ਼ੇ ਚ ਲਿਆ, ਮੌਕੇ ਉੱਤੇ ਲੈਬ ਮੁਲਾਜ਼ਮਾਂ ਤੋਂ ਕੀਤੇ ਸਵਾਲ ਜਵਾਬ। ਤਰਨ ਤਾਰਨ ਚ ਪੁਲਿਸ ਨੇ ਨਸ਼ਾ ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਕੀਤੀ ਫ੍ਰੀਜ਼, ਮਕਾਨ, ਕਾਰ, ਸਕੂਟਰ ਅਤੇ ਫਾਰਮ ਹਾਊਸ ਵੀ ਕਰ ਲਏ ਜ਼ਬਤ। ਰੋਪੜ ਚ ਖੋਲਿਆ ਗਿਆ ਜ਼ਿਲ੍ਹੇ ਦਾ ਪਹਿਲਾ ਸਾਈਬਰ ਕ੍ਰਾਈਮ ਸੈੱਲ, ਆਮ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ। ਕੰਗਣਾ ਰਣੌਤ ਅਤੇ ਜੋਗਾ ਵਾਲੀ ਕੁੜੀ ਖਿਲਾਫ਼ ਸਖ਼ਤ ਕਾਰਵਾਈ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਖੋਲ੍ਹਿਆ ਮੋਰਚਾ, 13 ਸਾਲਾਂ ਤੋਂ SGPC ਦੀਆਂ ਚੋਣਾਂ ਨਾ ਕਰਵਾਉਣ ਉੱਤੇ ਫੁੱਟਿਆ ਗੁੱਸਾ। ਆਯੁਸ਼ਮਾਨ ਕਾਰਡ ਧਾਰਕਾਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ, 1 ਜੁਲਾਈ ਤੋਂ ਬਾਅਦ ਹਰਿਆਣਾ ਦੇ ਹਸਪਤਾਲ ਨਹੀਂ ਕਰਨਗੇ ਇਲਾਜ। ਜੋੜਾ ਮਾਜਰਾ ਬੋਲੇ, ਮਾਨ ਸਰਕਾਰ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਸਿੰਜਿਆ, ਸੁੱਕੀਆਂ ਜ਼ਮੀਨਾਂ ਤੱਕ ਪਹੁੰਚਾਇਆ ਨਹਿਰੀ ਪਾਣੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਅਤੇ ਧੀ ਨਿਆਮਤ ਨਾਲ ਡੇਰਾ ਸੱਚਖੰਡ ਬੱਲਾ ਪਹੁੰਚ ਲਿਆ ਆਸ਼ੀਰਵਾਦ। ਦਿੱਲੀ ਹੋਈ ਜਲ ਥਲ, ਹਰ ਪਾਸੇ ਪਾਣੀ ਹੀ ਪਾਣੀ, ਸੜਕਾਂ ਉੱਤੇ ਲੱਗ ਗਿਆ ਲੰਮਾ ਜਾਮ, ਵੱਧ ਤੋਂ ਬਦਤਰ ਹੋਏ ਹਾਲਾਤ।